ਸਪੋਰਟ ਲਈ ਅਸੀਂ ਉਸ ਕੋਈ ਜਜ਼ੀਆ ਟੈਕਸ ਨਹੀਂ ਲਾ ਸਕਦਾ ਪਾਕਿਸਤਾਨ ਨੂੰ, ਇਸ ਪਾਕਿਸਤਾਨ ਟੂ ਪੁੱਟ ਇਟ। ਇਹ ਤਾਂ ਦਿਸ ਇਜ਼ ਖੁੱਲ੍ਹੇ ਦਰਸ਼ਨ ਦੀਦਾਰ, ਹਰ ਬੰਦੇ ਨੂੰ ਹੱਕ ਹੈ ਕਿ ਉਹ ਜਾ ਕੇ ਉੱਥੇ ਮੱਥਾ ਟੇਕੇ। ਅਗਰ ਇਹ ਕੋਰੀਡੋਰ ਪ੍ਰਿੰਸੀਪਲ ਹੈ, ਤੁਸੀਂ ਕਹਿੰਦੇ ਨੇ ਕਿ ਤੁਸੀਂ ਪਾਸਪੋਰਟ ਲੈ ਕੇ ਆਓ, ਹੁਣ ਪਾਸਪੋਰਟ ਇਟ ਕੋਸਟ 5000 ਰੁਪੀਜ਼ ਟੂ ਮੇਕ, ਫਿਰ $25 ਅੰਦਰ ਜਾਣ ਨੂੰ, ਇਹ ਕਿਆ ਮਾਹੌਲ ਬਣਾ ਰੱਖਿਆ ਪਾਕਿਸਤਾਨ? ਵੀ ਡੋਂਟ ਅਗਰੀ, ਵੀ ਡੋਂਟ ਅਗਰੀ। ਅਸੀਂ ਕਹਿ ਦਿੱਤਾ ਹੈ ਟੂ ਗਵਰਨਮੈਂਟ ਆਫ ਇੰਡੀਆ ਕਿ ਜਿਹੜੇ ਤੁਸੀਂ ਆਪਣੀ ਗੱਲਬਾਤ ਕਰ ਰਹੇ ਹੋ ਅੱਗੇ, ਉਹ ਸਾਡੀ ਕਨਵੇ ਕਰ ਦਿਓ, ਅਸੀਂ ਇਸ ਦੇ ਨਾਲ ਸਹਿਮਤ ਨਹੀਂ। ਪਾਸਪੋਰਟ ਬਈ ਸਾਰਾ ਮਾਲਵਾ ਤਾਂ ਗਰੀਬਾਂ ਦਾ ਭਰਿਆ ਪਿਆ ਹੈ, ਹੋਰ ਸਾਡੇ ਗਰੀਬ ਮਾਝੇ 'ਚ ਵੀ ਨੇ, ਦੁਆਬੇ ਦੇ ਵਿੱਚ ਨੇ, ਉਹਨਾਂ ਨੇ 5000 ਰੁਪਏ ਕਿਹੜਾ ਦੇਊਗਾ ਪਾਸਪੋਰਟ ਬਣਾਉਣ ਨੂੰ? ਸੋ ਦੀਜ਼ ਆਰ ਥਿੰਗਸ ਦੈਟ ਇਹ ਨੈਗੋਸ਼ੀਏਸ਼ਨ ਦੇ ਵਿੱਚ ਉਹਨਾਂ ਨੂੰ ਆਪਣਾ ਗਵਰਨਮੈਂਟ ਆਫ ਇੰਡੀਆ ਨੂੰ ਸਟੈਂਡ ਤਕੜਾ ਲੈਣਾ ਪਊ ਕਿ ਅਸੀਂ ਨਹੀਂ ਇਸ ਗੱਲ 'ਤੇ ਸਹਿਮਤ।